ਤੁਸੀਂ ਘਟੋ ਘਟ ਅਫਸੋਸ ਕਰਨ ਤਾਂ ਆਓ ਯਾਰ ਦੁਨੀਆ ਪਿੱਟ ਪਟ ਬਾਹਰੋਂ ਆਈ ਜਾਂਦੇ ਆ ਤੇ ਆਪਾਂ ਘਰੇ ਬੈਠ ਕੇ ਲੁਕੀ ਬੈਠੇ ਯਾਰ ਜੇ ਤੁਸੀਂ ਆ ਕੇ ਸਾਡੇ ਨਾਲ ਪਿੱਟੋਂਗੇ ਤਾਂ ਅਸੀਂ ਕਵਾਂਗੇ ਨਾ ਚੱਲੋ ਯਾਰ ਆਪਾਂ ਜਾ ਕੇ ਸਰਕਾਰ ਨੂੰ ਕਹੀਏ ਜੇ ਤੁਸੀਂ ਨਹੀਂ ਆਂਦੇ ਤਾਂ ਫਿਰ ਅਸੀਂ ਇਹੀ ਸਮਝਾਂਗੇ ਨਾ ਵੀ ਬਦਲਾ ਬਹੁਤ ਵਧੀਆ ਲਿਆ ਕੇ ਦੇਤਾ ਯਾਰ ਤੂੰ ਮਤੋਂ ਹੁਣ ਇੱਕ ਵਾਰੀ ਤਾਂ ਤੁਸੀਂ ਮੌਕਾ ਲੈੜਿਆ ਦੁਬਾਰਾ ਤੁਹਾਡੇ ਹੱਥ ਨਹੀਂ ਆਸੀ ਗਲਤੀ ਕਰ ਸਕਦੇ ਪਤਾ ਨਹੀਂ ਕੀ ਹੋਊਗਾ ਆਣ ਵਾਲਾ 84 ਵਾਲਾ ਯੁੱਗ ਜਿਹੜਾ ਦੁਬਾਰਾ 84 ਵੇਲੇ ਵੀ ਇਹੋ ਜਿਹਾ ਡਰ ਨਹੀਂ ਹੁੰਦਾ ਸੀਗਾ ਇਹੋ ਜਿਹਾ ਡਰ ਨਹੀਂ ਹੁੰਦਾ ਸੀ ਵੀ ਦੇਖੋ ਜੀ ਅਸੀਂ ਪੰਜਾਬ ਨੂੰ ਤਾਂ ਸੁਧਾਰਤਾ ਇਹ ਮੁੱਖ ਮੰਤਰੀ ਦੇ ਸਾਡੇ ਬਿਆਨ ਹੈ ਪੰਜਾਬ ਤਾਂ ਸੁਧਰ ਗਿਆ ਹੁਣ ਅਸੀਂ ਪੂਰੇ ਦੇਸ਼ ਨੂੰ ਸੁਧਾਰਨ ਚੱਲੇ ਆ ਉਹ ਯਾਰ ਰੱਬ ਦੀ ਖੈਰ ਮੰਨੋ ਇਹ ਦੇਸ਼ ਨੂੰ ਨਾ ਕਰਦੇ ਹੋ ਇਹ ਜਾ ਕਿਤੇ ਉਹੀ ਨਾ ਮਾਰਦੀ ਹੋ ਸਾਨੂੰ ਹਾਂ ਬਦਲਾਵ ਆ ਗਿਆ ਬਹੁਤ ਵਧੀਆ ਬਦਲਾਵ ਆਇਆ ਇਹਨਾਂ ਨੇ ਜਿਹੜੇ ਆ ਇਸਤਿਹਾਰ ਲਾਏ ਜਿਹੜੀਆਂ ਚੀਜ਼ਾਂ ਲਾਈਆਂ ਉਹ ਇਹਨਾਂ ਨੇ ਆਪਣੇ ਘਰੇ ਬੈਠ ਕੇ ਇੱਕ ਬੰਦ ਕਮਰੇ 'ਚ ਬਦਲਾਵ ਕਰਕੇ ਦਿਖਾਤਾ ਤੇ ਉਦੋਂ ਬਾਅਦ ਅਖਬਾਰਾਂ 'ਚ ਲਿਖ ਲਿਖ ਦਿਖਾਈ ਜਾਂਦੇ ਆ ਸਰਕਾਰ ਨੇ 70 ਸਾਲ ਕੁਝ ਨਹੀਂ ਕਰਿਆ ਉਹ ਯਾਰ ਜਿਹੜੀ ਸਟੇਜ ਤੇ ਖੜ ਕੇ ਕਹੀ ਇਹਨਾ ਉਹ ਸਟੇਜ ਵੀ ਉਹ ਪਿਛਲੀ ਸਰਕਾਰ ਨੇ ਬਣਾਈ ਸੀ ਜਿਹੜੇ ਹੈਲੀਕਾਪਟਰ ਤੇ ਤੂੰ ਤੁਸੀਂ ਤੁਰੇ ਫਿਰਦੇ ਹੋ ਉਹ ਸਰਕਾਰ ਦੇ ਪਿਛਲੀ ਸਰਕਾਰਾਂ ਦੇ ਲਈ ਹੱਤੇ ਵੇ ਆ ਕਹਿੰਦੇ ਮੇਰਾ ਇਲਾਜ ਫਰੀ ਹੈ ਮੈਂ ਦੰਦ ਆਪਣੇ ਠੀਕ ਕਰਾਣੇ ਲਾ ਮੈਨੂੰ ਕੋਈ ਹਸਪਤਾਲ ਚ ਲੈ ਚੱਲੇ ਮੈਨੂੰ ਅੱਜ ਤੇ ਤੁਹਾਡੇ ਅੱਗੇ ਮੈਂ ਚੈਲੰਜ ਕਰਦਾ ਇਹ ਕਹਿੰਦੇ ਸਾਰਾ ਕੁਝ ਫਰੀ ਹੈ ਮੈਨੂੰ ਕੋਈ ਅੱਖਾਂ ਦਾ ਆਪਰੇਸ਼ਨ ਮੈਂ ਕਰਾਣ ਨੂੰ ਕਹਦਾ ਮੇਰਾ ਕਰਵਾ ਦਿਓ ਕਿਸੇ ਅਖਬਾਰ ਹਸਪਤਾਲ ਚ ਲੈ ਆ ਕੇ ਕਰਾ ਦਿਓ ਦੇਖੋ ਜੀ ਕੱਟਣਾ ਤਾਂ ਕੱਲ ਵਾਪਰੀਆ ਲੇਖਣ ਦਿਖਣ ਪਹਿਲੇ ਹੀ ਲੱਗ ਗਈ ਸੀਗੀ ਇਹ ਚੀਜ਼ਾਂ ਬਾਰੇ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਸੁਚੇਤ ਕਰਕੇ ਆਏ ਸੀਗੇ ਪਰ ਸਾਡਾ ਪ੍ਰਸ਼ਾਸਨ ਜਿਹੜਾ ਹੈ ਕਿਹੋ ਜੀ ਕਹਿੰਦੇ ਨੇ ਕੁੰਮ ਕਰਨ ਵਾਲੀ ਨੀਂਦ ਸੁੱਤਾ ਬੈ ਮੇਰੀ ਗੱਲ ਕਹੂੰ ਵਗ ਕਰਨ ਰਾਵਣ ਤਾਂ ਤਾਂ ਚਲੇ ਗਏ ਪਰ ਪ੍ਰਸ਼ਾਸਨ ਨੂੰ ਹਜੇ ਤੱਕ ਵੀ ਨੀਂਦ ਨਹੀਂ ਆਈ ਇਹ ਨੀਂਦ ਕਦੋਂ ਖੁੱਲੂਗੀ ਕਿੰਨੇ ਬੰਦੇ ਹੋਰ ਲੈ ਕੇ ਜਾਊਗੀ ਸਾਨੂੰ ਨਹੀਂ ਪਤਾ ਕਦੇ ਮੋਗੇ ਦੇ ਵਿੱਚ ਸਾਡੇ ਜੁਐਲਰ ਨੂੰ ਦੁਕਾਨ ਤੇ ਬੈਠੇ ਨੂੰ ਮਾਰ ਕੇ ਚਲੇ ਜਾਂਦੇ ਆ ਕਦੇ ਸਾਡੇ ਘਰਾਂ ਜਾ ਕੇ ਸਾਡੇ ਬੱਚਿਆਂ ਦੇ ਧੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਆ ਪਰ ਸਖੋ ਕੇ ਲੈ ਜਾਂਦੇ ਆ ਅਸੀਂ ਰੋਜ਼ ਜਾ ਕੇ ਇਹਨਾਂ ਦੇ ਅੱਗੇ ਸਿਆਪਾ ਕਰਕੇ ਆ ਜਾਂਦੇ ਆ ਉਦੋਂ ਬਾਅਦ ਇਹ ਚੁੱਪ ਕਰਕੇ ਫਿਰ ਛਾੜ ਕੇ ਰੱਖ ਦਿੰਦੇ ਆ ਜਿੱਦਨ ਅਸੀਂ ਫੜ ਕੇ ਕਿਸੇ ਨੂੰ ਢਾ ਲੈਨੇ ਆ ਉਦੋਂ ਇਹ ਕਹਿੰਦੇ ਤੁਸੀਂ ਪ੍ਰਸ਼ਾਸਨ ਆਪਣੇ ਹੱਥ ਆਪਣਾ ਜਿਹੜਾ ਕਾਨੂੰਨ ਆਪਣੇ ਹੱਥ ਵਿੱਚ ਕਿਵੇਂ ਲੈ ਲਿਆ ਇਹ ਚੀਜ਼ਾਂ ਦੇਖ ਕੇ ਅੱਜ ਸਾਡਾ ਜਿਹੜਾ ਜੀਣਾ ਦੁਸ਼ਵਾਰ ਹੋ ਚੁੱਕਿਆ ਸਾਨੂੰ ਐ ਨਹੀਂ ਸਮਝ ਆਂਦੀ ਵੀ ਅਸੀਂ ਗੱਲਾਂ ਸੁਣਦੇ ਹੁੰਦੇ ਸੀਗੇ ਵੀ ਪਾਕਿਸਤਾਨ 'ਚ ਐ ਹੁੰਦਾ ਜੀ ਅੱਜ ਸਾਨੂੰ ਪੰਜਾਬ 'ਚ ਇਹ ਚੀਜ਼ਾਂ ਦਿਖ ਗਈਆਂ ਆ ਦੋ ਦਿਨ ਪਹਿਲੇ ਸਾਡੇ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਹੋ ਜਿਹਾ ਬਿਆਨ ਲਈ ਜਾਂਦੇ ਆ ਵੀ ਦੇਖੋ ਜੀ ਅਸੀਂ ਪੰਜਾਬ ਨੂੰ ਤਾਂ ਸੁਧਾਰਤਾ ਇਹ ਮੁੱਖ ਮੰਤਰੀ ਦੇ ਸਾਡੇ ਬਿਆਨ ਹੈ ਪੰਜਾਬ ਤਾਂ ਸੁ ਓ ਯਾਰ ਰੱਬ ਦੀ ਖੈਰ ਮੰਨੋ ਇਹ ਦੇਸ਼ ਨੂੰ ਨਾ ਕਰਦੇ ਹੋ ਇਹ ਜਾ ਕਿਤੇ ਉਹੀ ਨਾ ਮਾਰ ਦਿਓ ਸਾਨੂੰ ਇਹ ਚੀਜ਼ਾਂ ਤੋਂ ਅਸੀਂ ਬਚਾ ਕੇ ਰੱਖੋ ਇਹ ਗੁੰੰਗੀ ਬੋਲੀ ਸਰਕਾਰ ਨੇ ਸਾਡਾ ਜੀਣਾ ਇੱਥੇ ਹਰਾਮ ਉਹ ਕਹਿੰਦਾ ਦੁਸ਼ਵਾਰ ਕਰ ਰੱਖਿਆ ਸਾਡਾ ਮੇਲਾ 6 ਮਹੀਨੇ ਪਹਿਲੇ ਆਹ ਦੋਸਤ ਸਾਡਾ ਵਪਾਰੀਆਂ ਦੀ ਆਵਾਜ਼ ਵਾਸਤੇ ਸਾਡੇ ਨਾਲ ਤੁਰਦਾ ਹੁੰਦਾ ਸੀਗਾ ਔਰ ਆਪਣੇ ਅੰਦਰੋਂ ਉਹਨੂੰ ਲੱਗਦਾ ਹੁੰਦਾ ਸੀਗਾ ਵੀ ਯਾਰ ਕਿਤੇ ਮੇਰੇ ਨਾਲ ਧੱਕਾ ਨਾ ਕਰ ਦੇ ਯਾਰ ਮੈਨੂੰ ਲੱਗਦਾ ਹੈ ਜੀ ਕਪੂਰ ਜੀ ਆਹ ਕਰ ਜਾਣਗੇ ਪਰ ਇਹ ਚੀਜ਼ ਜਿਹੜੀ ਹੈ ਅੱਜ ਸਾਨੂੰ ਉਹ ਕਹਿੰਦਾ ਦਿਲੋਂ ਅੰਦਰੋਂ ਰੋ ਕੇ ਕਹਿਣਾ ਪੈ ਰਿਹਾ ਹੈ ਇਹ ਸਰਕਾਰ ਫੇਰ ਧੱਕਾ ਕਰ ਰਹੀ ਏ ਔਰ ਧੱਕਾ ਜਿਹੜਾ ਸਾਡੇ ਵਪਾਰੀ ਸਹਣਾਂ 'ਚ ਸਾਰੀ ਜ਼ਿੰਦਗੀ ਤੋਂ ਬਣੇ ਆ ਤੇ ਬਣੇ ਹੋਈ ਵੀ ਜਾ ਰਹੇ ਆ ਪਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕਜੁੱਟ ਹੋਈਏ ਇਕੱਠੇ ਹੋ ਕੇ ਇਹ ਜਿਹੜੀ ਗੁੰਗੀ ਵਾਲੀ ਸਰਕਾਰ ਦੀ ਨੀਤ ਉਠਾਈਏ ਔਰ ਇਸ ਪ੍ਰਸ਼ਾਸਨ ਨੂੰ ਕਹੀਏ ਕਿ ਸਾਡੇ ਵਪਾਰੀਆਂ ਦੇ ਟੈਕਸਾਂ ਤੇ ਤੁਸੀਂ ਚੱਲਦੇ ਹੋ ਔਰ ਜਿਹੜੀਆਂ ਸਰਕਾਰਾਂ ਜਿਹੜੀਆਂ ਵਪਾਰੀਆਂ ਦੇ ਸੈਕਟਰਾਂ ਦੇ ਟੈਕਸਾਂ ਦੇ ਚੱਲਦੀਆਂ ਜਿਹੜੀਆਂ ਰੀੜ ਦੀ ਹੱਡੀ ਵਪਾਰੀਆਂ ਨੂੰ ਮੰਨਦੀਆਂ ਅੱਜ ਉਹ ਰੀੜ ਦੀ ਹੱਡੀ ਨੂੰ ਭੁੱਲ ਕੇ ਉਹਨਾਂ ਦੇ ਨਾ ਕਹਿੰਦੇ ਖਾਪ-ਖੇਲਾਂ 'ਚ ਜਦੋਂ ਕੁਰਸੀ ਮਿਲ ਜਾਂਦੀ ਹੈ ਨਾ ਤਾਂ ਇਹ ਚੀ ਏ ਦੇ ਵਾਸਤੇ ਇਹਨਾਂ ਨੂੰ ਲੈਣ ਦੀ ਲੋੜ ਪੈਣੀ ਹੈ ਜਦ ਤੱਕ ਇਹ ਨਹੀਂ ਆਣਗੇ ਅਸੀਂ ਆਪਣਾ ਜਿਹੜਾ ਮਜਾਰਾ ਚਲਾਉਂਦੇ ਰਾਂਗੇ ਤਾਂ ਜੀ ਕਤਲ ਇੰਨੇ ਬੇਖੌਫ ਨੇ ਕਿ ਮਹਿਜ਼ 20 25 ਫੁੱਟ ਤੇ ਇਥੇ ਪੁਲਿਸ ਖੜੀ ਨੇ ਤੁਹਾਨੂੰ ਪਤਾ ਕਿ ਪੂਰਾ ਦਿਨ ਪੁਲਿਸ ਇਥੇ ਮਸਤੈਦ ਹੁੰਦੀ ਹੈ ਉਸ ਤੋਂ ਬਾਅਦ ਵੀ ਦਿਨ ਦਿਹਾੜੇ ਖਾਸ ਕਰ ਉਸ ਵੇਲੇ ਜਿਸ ਵੇਲੇ ਕਰਾਊਡ ਸਭ ਤੋਂ ਵੱਧ ਹੁੰਦਾ ਸੀ 6:30 ਦਾ ਸਮਾਂ ਤਾਂ ਉਸ ਵੇਲੇ ਬੇਖੌਫ ਇਦਾਂ ਹੀ ਗੋਲੀਆਂ ਮਾਰ ਕੇ ਤੁਰ ਗਏ ਸਵੇਰੇ ਆਪਣਾ ਸ਼ਾਮੀ 6:30 ਦੀ ਤੁਸੀਂ ਗੱਲ ਕਰ ਰਹੇ ਹੋ ਸਵੇਰੇ 11 ਵਜੇ ਦੁਕਾਨ ਤੇ ਆ ਗਏ ਜੀ ਪੌਣੇ 11 ਵਜੇ ਸ਼ਰੇ ਆਮ ਸ਼ਹਿਰ ਦਾ ਹਾਰਟ ਆਫ ਦਾ ਸਿਟੀ ਜਿਹੜਾ ਆਪਾਂ ਕਿਕਰ ਬਾਜ਼ਾਰ ਕਹਦੀਏ ਬਾਬਾ ਰਾਮ ਵਾਲੀ ਮੰਦਰ ਵਾਲੀ ਗਲੀ ਕਹਦੀਏ ਉਸ ਦੁਕਾਨ ਦੇ ਵਿੱਚ ਉਸੇ ਚੱਕਰ ਜਿਹਾ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਪਣਾ ਮੈਮੋਰੈਂਡਮ ਵੀ ਦੇ ਕੇ ਆਏ ਵੀ ਤੁਹਾਡੀ ਪੁਲਿਸ ਹੈ ਉਹਨਾਂ ਨੇ ਮੈਨੂੰ ਇਹ ਕਿਹਾ ਜੀ ਅੱਜ ਤੱਕ ਗਵਰਨਰ ਆਏ ਹੋਏ ਸੀਗਾ ਇੱਕ ਦਿਨ ਪਹਿਲੇ ਤੇ ਉਦੋਂ ਕਰਕੇ ਸਾਰੀ ਪੁਲਿਸ ਉਦੋਂ ਲੱਗੀ ਹੋਈ ਸੀ ਜੀ ਉਹ ਉਹ ਯਾਰ ਗਵਰਨਰ ਸਾਹਿਬ ਆਏ ਸੀ ਕੋਈ ਗੱਲ ਨਹੀਂ ਪਰ ਘਟੋ ਘਟ ਸਾਡੇ ਲੋਕਾਂ ਦੇ ਸਿਰ ਤੇ ਗਵਰਨਰ ਸਾਹਿਬ ਵੀ ਉਹ ਕੋਈ ਵੀ ਸਰਕਾਰ ਹੋਵੇ ਜੀਦੇ ਵੀ ਸਰਕਾਰ ਦਾ ਲੈਣਾ ਦੇਣਾ ਆਉਂਦਾ ਸਾਰਾ ਵਪਾਰੀਆਂ ਦੇ ਸਿਰ ਤੇ ਹੀ ਟੈਕਸਾਂ ਦੇ ਸਿਰ ਤੇ ਹੀ ਚੱਲਦਾ ਘ ਬਾਰੇ ਸਮਝ ਨਹੀਂ ਆਂਦੀ ਇਹ ਸਰਕਾਰ ਦੇ ਦਿਮਾਗ ਤੇ ਕੀ ਬਣਿਆ ਹੋਇਆ ਕੀ ਇਹਨਾਂ ਨੂੰ ਸੋਚਿਆ ਹੋਇਆ ਇਹਨਾਂ ਨੇ ਜਾਂ ਇਹਨਾਂ ਨੂੰ ਇਹ ਲੱਗਦਾ ਵੀ ਇੱਕ ਵਾਰੀ ਆਗੇ ਦੂ ਵਾਰ ਤਾਂ ਅਸੀਂ ਆਣਾ ਹੀ ਨਹੀਂ ਤੇ ਫਿਰ ਇਹੇ ਚੀਜ਼ ਦੇਖ ਕੇ ਸਾਡੇ ਬਦਲਾ ਆ ਕਹਿੰਦੇ ਸੀ ਬਦਲਾ ਆਇਆ ਬਦਲਾ ਹਾਂ ਬਦਲਾਵ ਆ ਗਿਆ ਬਹੁਤ ਵਧੀਆ ਬਦਲਾਵ ਆਇਆ ਇਹਨਾਂ ਨੇ ਜਿਹੜੇ ਆ ਇਸਤੇ ਹਾਰ ਲਾਏ ਜਿਹੜੀਆਂ ਚੀਜ਼ਾਂ ਲਾਈਆਂ ਉਹ ਇਹਨਾਂ ਨੇ ਆਪਣੇ ਘਰੇ ਬੈਠ ਕੇ ਇੱਕ ਬੰਦ ਕਮਰੇ 'ਚ ਬਦਲਾਵ ਕਰਕੇ ਦਿਖਾਤਾ ਤੇ ਉਦੋਂ ਬਾਅਦ ਅਖਬਾਰਾਂ 'ਚ ਲਿਕ ਲਿਕ ਦਿਖਾਈ ਜਾਂਦੇ ਕਹਿੰਦੇ ਮੇਰਾ ਇਲਾਜ ਫਰੀ ਆ ਮੈਂ ਦੰਦਾ ਆਪਣੇ ਠੀਕ ਕਰਨ ਵਾਲਾ ਮੈਨੂੰ ਕੋਈ ਹਸਪਤਾਲ 'ਚ ਲੈ ਚੱਲੇ ਮੈਨੂੰ ਅੱਜ ਦੇ ਤੁਹਾਡੇ ਅੱਗੇ ਮੈਂ ਚੈਲੰਜ ਕਰਦਾ ਇਹ ਕਹਿੰਦੇ ਸਾਰਾ ਕੁਝ ਫਰੀ ਆ ਮੈਨੂੰ ਕੋਈ ਅੱਖਾਂ ਦਾ ਆਪਰੇਸ਼ਨ ਮੈਂ ਕਰਾਉਣ ਨੂੰ ਕਹਦਾ ਮੇਰਾ ਕਰਵਾ ਦਿਓ ਕਿਸੇ ਅਖਬਾਰ ਹਸਪਤਾਲ 'ਚ ਲੈ ਆ ਕੇ ਕਰਾ ਦਿਓ ਇਹ ਕਹਿੰਦੇ ਲੱਖਾਂ ਰੁਪਏ ਦੇ ਕਰੀਏ ਨਾ ਮੈਂ ਕਹਿੰਦਾ 5 ਰੁਪਏ ਦਾ ਵੀ ਕਿਸੇ ਜਗ੍ਹਾ ਤੇ ਫਰੀ ਮਿਲਦਾ ਹੋਵੇ ਮੈਨੂੰ ਦਿਖਾ ਦਿਓ ਸਭ ਡਰਾਮੇ ਕਰੀ ਜਾਂਦੇ ਆ ਪੋਚੇ ਮਾਰ ਮਾਰ ਉਹ ਸਟੇਜ ਵੀ ਉਹ ਪਿਛਲੀ ਸਰਕਾਰ ਨੇ ਬਣਾਈ ਸੀ ਜਿਹੜੇ ਹੈਲੀਕਾਪਟਰ ਤੇ ਤੂੰ ਤੁਸੀਂ ਤੁਰੇ ਫਿਰਦੇ ਹੋ ਉਹ ਸਰਕਾਰ ਦੇ ਪਿਛਲੀ ਸਰਕਾਰਾਂ ਦੇ ਲਈ ਹੱਤੇ ਹੋਇਆ ਹੈ ਜਿਹੜੇ ਹੈਲੀਪੈਡ ਤੇ ਤੁਸੀਂ ਉਤਰਿਆ ਨਾ ਤੁਹਾਡੇ ਤੋਂ ਹੈਲੀਪੈਡ ਹੀ ਨਹੀਂ ਬਣਿਆ ਅਜੇ ਤੱਕ ਤੁਸੀਂ ਹੋਰ ਕੀ ਗੱਲਾਂ ਕਰੋਗੇ ਅੱਜ ਉਸੇ ਜਗ੍ਹਾ ਦੇ ਪੋਚੇ ਮਾਰ ਕੇ ਆਪਣਾ ਨਾਮ ਲੇ ਕੇ ਲਾਈ ਬੈਠੋ ਇਹਦੇ ਨਾਲ ਕੋਈ ਬਦਲਾਵ ਨਹੀਂ ਆਉਂਦਾ ਲੋਕੀ ਦਿਲਾਂ 'ਚ ਸੋਚੀ ਬੈਠੇ ਇਹ ਖੁਸ਼ ਹੋ ਜਾਂਦੇ ਵੀ ਸਾਨੂੰ 26 ਜਨਵਰੀ ਨੂੰ ਸਾਰਾ ਸਟੇਡੀਅਮ ਖਾਲੀ ਪਿਆ ਹੁੰਦਾ ਯਾਰ ਕਾਹਦਾ ਬਦਲਾਵ ਆ ਯਾਰ ਇਹ ਇੱਥੇ ਕਦੇ ਕਿਸੇ ਵੀ ਪਾਰਟੀ ਦਾ ਕੋਈ ਐਸਾ ਸੀਐਮ ਸੋਰੀ ਸੀਐਮ ਵਗੈਰਾ ਕੋਈ ਨਿਕਲਦਾ ਹੁੰਦਾ ਸੀ ਕੋਈ ਮੰਤਰੀ ਨਿਕਲਦਾ ਸੀ ਤਾਂ ਲਹਿਰਾਂ ਲੱਗ ਜਾਂਦੀਆਂ ਸੀਗੀਆਂ ਤੇ ਅੱਜ ਕੋਈ ਮੰਤਰੀ ਅੱਜ ਮੈਨੂੰ 10 ਬੰਦੇ ਤਾਂ ਇਹਨਾਂ ਦੇ ਨਾਲ ਨਹੀਂ ਦੇਖਦੇ ਇਹੋ ਜਿਹਾ ਬਦਲਾਅ ਆ ਬਦਲਿਆ ਸੀਗਾ ਹਾਂ ਇਹ ਕਹਿੰਦੇ ਸੀ ਬਦਲਾਅ ਨਹੀਂ ਹੋਊਗਾ ਪਰ ਪੁਲਿਸ ਵਾਲੇ ਜਿਵੇਂ ਕਹਿੰਦੇ ਸੀ ਨਾ ਤੁਹਾਡੇ ਨਾਲ ਕੋਈ ਗਨਮੈਨ ਨਹੀਂ ਹੋਊਗਾ ਅੱਜ ਕੱਲੇ ਗਨਮੈਨ ਹੀ ਰਹਿ ਗਏ ਇਹਨਾਂ ਨਾਲ ਬੰਦਾ ਤਾਂ ਕੋਈ ਹੁੰਦਾ ਹੀ ਨਹੀਂ ਇਹਨਾਂ ਨਾਲ ਚੈਲੰਜ ਕਰਦਾ ਕਦੇ ਵੀ ਕਿਸੇ ਜਗ੍ਹਾ ਤੇ ਫੋਟੋ ਪਾ ਦਨੇ ਇਹ ਦਿਖਾ ਦਨੇ ਵੀ ਹਾਂ ਦੇਖੋ ਜੀ ਆਹ ਗੱਲ ਹੈਗੀਆਂ ਅੱਜ ਤੁਸੀਂ ਦੇਖੋ ਕੱਲ ਦਾ ਹਾਲਾਤ ਹੋਇਆ ਸਾਡੇ ਉਹ ਕੀ ਕਹਨੇ ਹੁੰਦੇ ਤੁਹਾਡੇ ਬਣਾਏ ਨਾਲ ਕੀ ਚੀਰਮੈਨ ਚੀਰਮੈਨ ਬਣਾਏ ਕੈਬਨਰ ਮੰਤਰੀ ਆ ਕੋਈ ਸਟੇਟ ਮੰਤਰੀ ਕੁਝ ਹੋਰ ਬਣਾਏ ਤੇ ਮੈਨੂੰ ਨਹੀਂ ਲੱਗਦਾ ਅੱਜ ਕਿਸੇ ਵੀ ਕੋਈ ਉਹਦੇ ਘਰੇ ਯਾਰ ਜਿਹਦੇ ਘਰੇ ਬੰਦਾ ਮਾਰਿਆ ਇਹਦਾ ਮਤਲਬ ਤੁਸੀਂ ਤਾਂ ਨਹੀਂ ਮਾਰਿਆ ਯਾਰ ਤੁਸੀਂ ਘਟੋ ਘੜ ਅਫਸੋਸ ਕਰਨ ਦਾ ਆਓ ਯਾਰ ਲੋਕੀ ਦੁਨੀਆ ਪੈਟ ਪੜ ਬਾਹਰੋਂ ਆਈ ਜਾਂਦੇ ਤੇ ਆਪਾਂ ਘਰੇ ਬੈਠ ਕੇ ਲੋਕੀ ਬੈਠੇ ਯਾਰ ਇਹਦਾ ਮਤਲਬ ਫਿਰ ਸਾਫ ਦੇਖਦਾ ਫਿਰ ਸਾਨੂੰ ਜੇ ਤੁਸੀਂ ਆ ਕੇ ਸਾਡੇ ਨਾਲ ਪਿੱਟੋਂਗੇ ਤਾਂ ਅਸੀਂ ਕਵਾਂਗੇ ਨਾ ਚਲੋ ਯਾਰ ਆਪਾਂ ਜਾ ਕੇ ਸਰਕਾਰ ਨੂੰ ਕਹੀਏ ਜੇ ਤੁਸੀਂ ਨਹੀਂ ਆਂਦੇ ਤਾਂ ਫਿਰ ਅਸੀਂ ਇਹੀ ਸਮਝਾਂਗੇ ਨਾ ਵੀ ਬਦਲਾ ਬਹੁਤ ਵਧੀਆ ਲਿਆ ਕੇ ਦਿੱਤਾ ਯਾਰ ਤੁਸੀਂ ਤੁਸੀਂ ਆਪਣੇ ਘਰੇ ਬੈਠੇ ਹੋ ਬਹੁਤ ਵਧੀਆ ਬਦਲਾਅ ਸਾਡਾ ਆਇਆ ਹੋਇਆ ਸਾਡੇ ਘਰ ਦੇ ਜੋ ਆਕਾ ਨੂੰ ਤੁਸੀਂ ਮਾਰੀ ਜਾਂਦੇ ਹੋ ਇਸ ਤੋਂ ਵਧੀਆ ਹੋਰ ਬਦਲਾਅ ਕੀ ਭਰਾਂਗੇ ਤਾਂ ਫਿਰ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਜਿਹੇ ਖਾਸ ਲੋਕ ਹੈ ਜਿਹੜੇ ਆਮ ਲੋਕ ਕਹੇ ਕਿ ਆ ਚੁੱਕੇ ਹੈ ਲੇਕਿਨ ਹੁਣ ਜਾਣ ਲੱਗੇ ਆਮ ਬਣ ਕੇ ਜਾਣਗੇ ਇਹ ਪੱਕੀ ਗੱਲ ਹੈ ਇੱਕ ਗੱਲ ਦੱਸਿਓ ਭਗਵਾਨ ਸਿੰਘ ਮਾਨ ਨਿੱਕੀ ਨਿੱਕੀ ਗੱਲ ਦੇ ਉੱਤੇ ਟੀਚਰ ਕਰਦੇ ਸੁਖਵੀਰ ਬਾਲ ਦੀ ਫੋਟੋ ਪਾਤੀ ਹੋਲੀ ਖੇਡ ਦੇ ਦੀ ਇੱਕ ਵਪਾਰੀ ਦਾ ਕਤਲ ਹੋ ਗਿਆ ਹਾਲੇ ਤੱਕ ਕੋਈ ਪੋਸਟ ਨਾ ਪਾਏ ਜਾਣਾ ਕਿਵੇਂ ਦੇਖਦੇ ਹੋ ਕਿ ਸੀਰੀਅਸ ਨਹੀਂ ਲੈ ਰਹੇ ਕੋਈ ਵਪਾਰੀ ਦੀ ਕਤਲ ਨੂੰ ਮੰਨਦੇ ਨਹੀਂ ਵੀ ਕੋਈ ਚੁਟਕਲੇ ਵਾਲੀ ਸਰਕਾਰ ਤਾਂ ਹੈਗੀ ਆ ਹਰ ਵਾਰੀ ਬੋਲਣ ਦਾ ਜਿਵੇਂ ਕਹਿੰਦੇ ਆ ਆਮ ਆਪਾਂ ਗੱਲ ਕਰ ਦਿੰਦੇ ਆ ਵੀ ਇਹਨੂੰ ਬੋਲਣ ਦੀ ਆਦਤ ਬੜਾ ਹਿਸਾਬ ਜਿਹਾ ਹੈਗਾ ਜਿਵੇਂ ਬੋਲਣ ਦਾ ਸਟੇਜ ਨੂੰ ਸੰਭਾਲਣ ਦਾ ਤਾਂ ਇਹ ਕਹਿ ਦੇਣਗੇ ਓ ਯਾਰ ਲੋਕ ਦਾ ਤਾਂ ਤੰਗ ਹੀ ਤਜਰਬੇਕਾਰਾਂ ਤੋਂ ਹੈ ਆਮ ਤੌਰ ਤੇ ਕੋਈ ਸੁਖਵੀਰ ਬਾਦਲ ਜੀ ਜਾਂ ਦੂਜਾ ਕੋਈ ਕੈਪਟਨ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਨਾ ਕੋਈ ਸਰਕਾਰ ਵੱਲੋਂ ਮੰਤਰੀ ਵੱਲੋਂ ਕੋਈ ਐਕਸ ਮੰਤਰੀ ਵੱਲੋਂ ਬਿਆਨ ਲਾਇਆ ਜਾਂਦਾ ਵੀ ਇਹਨਾਂ ਨੂੰ ਤਾਂ ਤਜਰਬਾ ਹੈ ਨਹੀਂ ਤਾਂ ਇਹਨਾਂ ਦਾ ਇੱਕੋ ਜਵਾਬ ਆ ਜਾਂਦਾ ਲੈ ਤੰਗ ਹੀ ਤਜਰਬੇ ਵਾਲਿਆਂ ਕਾਰਾਂ ਤੂੰ ਐ ਦੁਖੀ ਤੁਹਾਡੇ ਕੋਲੇ ਐ ਇਹਨਾਂ ਨੂੰ ਹੱਸ ਕੇ ਕਹਿ ਕੇ ਤਾਂ ਬਹਿ ਜਾਂਦੇ ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੇ ਬੰਦੇ ਤੁਹਾਡੀ ਬਾਰੇ ਸੁਣ ਰਹੇ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਤੁਹਾਨੂੰ ਕੀ ਕਹ ਰਿਹਾ ਹੈ ਉਹ ਕਹਿੰਦੇ ਪੁੱਤ ਹੁਣ ਇੱਕ ਵਾਰੀ ਤਾਂ ਤੁਸੀਂ ਮੌਕਾ ਲੈ ਲਿਆ ਦੁਬਾਰਾ ਤੁਹਾਡੇ ਹੱਥ ਨਹੀਂ ਆਸੀ ਗਲਤੀ ਕਰ ਸਕਦੇ ਪੰਜਾਬ ਦਾ ਵਪਾਰੀ ਕਿੰਨੇ ਸਾਮਚ ਹੈ ਪੰਜਾਬ ਦਾ ਵਪਾਰੀ ਪੂਰੇ ਸਹਿਮਚ ਹੈ ਜੀ ਅੱਜ ਪੰਜਾਬ ਦੇ ਵਪਾਰੀ ਨੂੰ ਘਰੋਂ ਨਿਕਲਣਾ ਹੋਵੇ ਚਾਹੇ ਦੁਕਾਨ ਤੇ ਜਾਣਾ ਹੋਵੇ ਤੇ ਚਾਹੇ ਦੁਕਾਨ ਤੋਂ ਘਰੇ ਜਾਣਾ ਹੋਵੇ ਉਹਨੂੰ ਇਹੀ ਲੱਗਦਾ ਵੀ ਪਤਾ ਨਹੀਂ ਕੀ ਹੋਊਗਾ 84 ਵਾਲਾ ਯੁੱਗ ਜਿਹੜਾ ਦੁਬਾਰਾ 84 ਵਾਲੇ ਵੀ ਇਹੋ ਜਿਹਾ ਡਰ ਨਹੀਂ ਹੁੰਦਾ ਸੀਗਾ ਇਹੋ ਜਿਹਾ ਡਰ ਨਹੀਂ ਹੁੰਦਾ ਸੀ ਇੱਕ ਆਮ ਲੋਕਾਂ ਦੇ ਵਿੱਚ ਦੈਸ਼ ਹੁੰਦੀ ਵੀ ਮੈਂ ਕਿਹਾ ਯਾਰ ਇਹਦਾ ਮਤਲਬ ਕਿ ਜੇ ਇੱਕ ਮਤਲਬ ਅਲੱਗ ਕੌਮ ਦੇ ਖਿਲਾਫ ਬੋਲਦਾ ਜਾਂ ਮੈਂ ਐਂ ਕਰਦਾ ਉਹਦੋਂ ਵੀ ਇੱਕ ਅਲੱਗ ਚੀਜ਼ ਦੀ ਲੜਾਈ ਸੀ ਇੱਕ ਅਲੱਗ ਸਿਸਟਮ ਸੀਗਾ ਇਹ ਤਾਂ ਇਹਦਾ ਐਂ ਨਹੀਂ ਪਤਾ ਯਾਰ ਇਹਦੇ ਬੰਦੇ ਦਾ ਤਾਂ ਕਿਸੇ ਦਾ ਲੈਣਾ ਦੇਣਾ ਹੀ ਨਹੀਂ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਜੋਹਲ ਉਹਦਾ ਮੁੰਡੇ ਦਾ ਨਾਮ ਹੈ ਯਾਰ ਮੇਲਾ ਮੇਲਾ ਉਹਨੂੰ ਕਹਿੰਦੇ ਆ ਕਲੀਨ ਸ਼ੇਪ ਬੰਦਾ ਹੈ ਉਹ ਬੰਦੇ ਦਾ ਕੀ ਲੈਣਾ ਦੇਣਾ ਹੋਊ ਆ ਯਾਰ ਦੱਸੋ ਮੈਨੂੰ ਤੇ ਉਹਨੂੰ ਐਂ ਨਹੀਂ ਮੈਨੂੰ ਹੀ ਨਹੀਂ ਪਤਾ ਵੀ ਉਹ ਸਰਦਾਰ ਹੈ ਮੋਨ ਹੈ ਸਿੱਖ ਹੈ ਕੀ ਹੈ ਯਾਰ ਉਹ ਬੰਦੇ ਦਾ ਕੀ ਦੇ ਨਾਲ ਕੀ ਰੋਲਾ ਰਹਿਣਾ ਯਾਰ ਜਿਹੜੇ ਬੰਦੇ ਨੇ ਸਿਰ ਤੇ ਪੱਗ ਨਹੀਂ ਬੰਨੀ ਹਰਜਿੰਦਰ ਸਿੰਘ ਮੇਲਾ ਨਾਮ ਲਿਖੀ ਵਰਦਾ ਔਰ ਉਹ ਬੰਦਾ ਹਰ ਹਨ ਬਛਤੇ ਬੰਦੇ ਆ ਕੇ ਉੱਥੇ ਆ ਕੇ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਯਾਰ ਇਦੋਂ ਮਾੜਾ ਘਰੇ ਬੈਠੇ ਸ਼ਰਿਆਂ ਇੱਕ ਇੱਕ ਬਾਜ਼ਾਰ ਦੇ ਵਿੱਚ ਤੁਸੀਂ ਕਹੋ ਮੇਰੇ ਖਾਲ ਸਾਰੇ ਮੀਡੀਆ ਦੇ ਚੱਲ ਗਿਆ ਹੋਣਾ ਅੱਜ ਉਹੀ ਮੀਡੀਆ ਦੇ ਵਿੱਚ ਚੱਲਣ ਤੋਂ ਬਾਅਦ ਇਹ ਜੇ ਮੁੱਖ ਮੰਤਰੀ ਨੂੰ ਜਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਤਾਂ ਫਿਰ ਇਹਨਾਂ ਨੂੰ ਘਰੇ ਛੱਡ ਕੇ ਨਾ ਉਹ ਕਹਿੰਦੇ ਨਾ ਰਿਜਾਇਨ ਕਰਕੇ ਘਰੇ ਬਹਿ ਜਾਣਾ ਚਾਹੀਦਾ ਇਦੋਂ ਬਾਅਦ ਕੋਈ ਮਾੜਾ ਨਹੀਂ ਹੋ ਸਕਦਾ ਬਹੁਤ ਮਾੜਾ ਕੰਮ ਕੀਤਾ ਇੱਕ ਇੱਕ ਸਵਾਲ ਹੈ ਜੀ ਉਹ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਇਹ ਵਪਾਰੀ ਹੈ ਭਗਵਾਨ ਤਮਨ ਸਦਾ ਦੇ ਰਿਹਾ ਬਾਹਰ ਦੇ ਵਪਾਰੀਆਂ ਨੂੰ ਇੱਕ ਟਾਟਾ ਵਾਲੇ ਆਏ ਆ ਜਿਉਂ ਕਹਿ ਰਿਹਾ ਕਿ ਗੋਰ ਪੰਜਾਬ ਚ ਆਉਣਗੇ ਕੰਮ ਕਰਨ ਲਈ ਕਿ ਜਿਹੜੇ ਹਾਲਾਤ ਆ ਕਿ ਲੱਗਦਾ ਗੋਰੇ ਆਉਣਗੇ ਸਭ ਦਿਖਾਵੇ ਕੀਤੇ ਆ ਜੀ ਸਭ ਦਿਖਾਵੇ ਕੀਤੇ ਆ ਕੋਈ ਗੋਰੇ ਨਹੀਂ ਆਉਂਦੇ ਕੋਈ ਹੋਣੀਆਂ ਆਉਂਦੇ ਜੇ ਦੋ ਕੰਪਨੀਆਂ ਦਾ ਨਾਮ ਲੈ ਕੇ ਇਹਨਾਂ ਨੇ ਕਹਿਤਾ ਉਹ ਗੱਲਾਂ ਦੇ ਨਾਲ ਕੋਈ ਤੰਤ ਨਹੀਂ ਹੈ ਕੋਈ ਹੋਣੀ ਹੈ ਸਾਨੂੰ ਵੀ ਇਹਨਾਂ ਨੇ ਵਪਾਰੀਆਂ ਨੂੰ ਵੀ ਬਹੁਤ ਝਾਸੇ ਦਿੱਤੇ ਸੀਗੇ ਮੈਂ ਪਿਛਲੇ ਹਫਤੇ ਵੀ ਚੈਲੰਜ ਕੀਤਾ ਸੀ ਮੀਡੀਆ ਤੇ ਇਹਨਾਂ ਨੂੰ ਮੈਂ ਕਿਹਾ ਯਾਰ ਤੁਹਾਡੀ ਪਹਿਲੀ ਸਰਕਾਰ ਹੈ ਜਿਹੜੀ 2 ਸਾਲਾਂ 'ਚ ਇੱਕ ਵੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ ਤੇ ਇਹਨਾਂ ਨੇ ਅਗਲੇ ਦਿਨ ਚੱਕ ਕੇ ਕਹਿੰਦਾ ਨਹੀਂ ਜੀ ਨਹੀਂ ਆ ਸਾਡਾ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਕੀ ਹੁੰਦੇ ਸਭ ਡਰਾਮੇ ਹੁੰਦੇ ਉਹ ਅੰਮ੍ਰਿਤਸਰ ਬੁਲਾਲੇ ਵਪਾਰੀ ਉੱਥੇ ਵਪਾਰੀ ਨੂੰ ਹੀ ਕੁੱਟੀ ਜਾਂਦੇ ਹੋਟਲ ਵਾਲੇ ਦੇ ਖਿਲਾਫ ਵੀ ਪਰਚੇ ਕਰੀ ਜਾਂਦੇ ਆ ਇਹ ਚੀਜ਼ਾਂ ਕੀ ਦਰਸਾਉਂਦੀਆਂ ਇਹ ਚੀਜ਼ਾਂ ਇਹ ਸ਼ਰਮ ਦਰਸਾਉਂਦੀਆਂ ਵੀ ਇਹਨਾਂ ਨੂੰ ਅੰਦਰ ਖਾਤੇ ਕੰਮ ਕਰਨ ਦਾ ਕੋਈ ਹਿਸਾਬ ਨਹੀਂ ਆ ਇਹਨਾਂ ਨੂੰ ਜਿੱਥੇ ਜਿਹੜੇ ਪਾਸੋਂ ਤੁਰਨਾ ਆਉਂਦਾ ਉਸੇ ਪਾਸੋਂ ਤੋੜ ਕੇ ਉਹ ਕਰ ਦਿੰਦੇ ਆ ਅੱਜ ਵਪਾਰੀ ਸਾਰੇ ਇੱਕ ਲੈਂਡ ਤੇ ਇਕੱਠੇ ਹੋਏ ਹੋਏ ਆ ਔਰ ਹਰ ਬੰਦੇ ਨੂੰ ਪਤਾ ਹੈ ਵੀ ਇਹ ਸਾਡੇ ਨਾਲ ੱਤਕਾ ਕਰ ਰਹੇ ਆ ਦੁਆਰਾ ਜਿਆਦਾ ੱਤਕਾ ਨਹੀਂ ਸਮਾਂਗੇ ਜੀ ਧੰਨਵਾਦ ਜੀ